A1 TV ਦੇ ਪ੍ਰੋਗਰਾਮ ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਸੰਗੀ احمد ਲਤੀਫ ਤੇ ਅੱਜ ਸਾਡੇ ਨਾਲ ਕੌਣ ਨੇ ਜੀ ਸਾਡੇ ਨਾਲ ਸਾਫੀਆਂ ਦੇ ਮੁਸਲਮਾਨਾ ਲੀਡਰ ਤੁਹਾਨੂੰ ਪਤਾ ਹੈ ਬਜ਼ਰੀਆਂ ਦੁਕਾਨਾਂ ਖੁੱਲੀਆਂ ਨੇ ਪਰ ਲੀਡਰ ਉਹ ਹੀ ਹੁੰਦਾ ਜਿਹੜਾ ਦਿਲਾਂ ਵਿੱਚ ਵਸੇ ਖੋਖੇ ਪਏ ਨੇ ਦੁਕਾਨਾਂ ਪਈਆਂ ਨੇ ਉਸ ਬਹਿਸ ਅਸੀਂ ਨਹੀਂ ਕਰਦੇ ਅਸੀਂ ਇੱਕ ਹੋਰ ਕੰਮ ਕਰਨ ਲੱਗੇ ਆ ਤੁਹਾਨੂੰ ਪਤਾ ਹੈ ਵਰਕਰਸ ਕਨਵੈਨਸ਼ਨ ਹੋਣ ਜਾ ਰਿਹਾ ਹੈ ਮੁਲਕਗੀਰ ਔਰ ਮਾਲਕਾਂ ਦਾ ਆਪਣਾ ਫੱਡਾ ਹੈਗਾ ਤੇ ਦੁਕਾਨਦਾਰਾਂ ਦਾ ਆਪਣਾ ਫੱਡਾ ਹੈ ਜਦ ਲਿਸਤਨਾ ਆਪਣਾ ਫੜਾ ਹੈਗਾ ਲੇਕਿਨ ਅਸੀਂ ਕਿੱਥੇ ਜਾਣਾ ਇਹ ਅਸਲ ਗੱਲ ਹੈ ਔਰ ਜਿਹੜੇ ਸਾਡੇ ਵੱਟਸਐਪ ਨੇ ਅਫਸਲ ਵੱਟਸਐਪ ਇਹਨਾਂ ਨੂੰ ਆਦਨ ਜੀ ਬੜੀਆਂ ਘਾੜੀਆਂ ਸੁਣਾਉਂਦੇ ਲੋਕ ਉਹ ਜੀ ਫਲਾਣੇ ਦਾ ਜੀ ਸਾਡਾ ਨਹੀਂ ਹੈਗਾ ਜੀ ਐਵੇਂ ਇਹ ਸਾਰੀਆਂ ਗੱਲਾਂ ਜਿਹਨਾਂ ਕੋਲ ਪੁੱਛਾਂਗੇ ਵੀ ਤੁਸੀਂ ਕਿੰਨਾ ਦੇਗੇ ਹੋ ਜਰਾ ਦੱਸੋ ਸਾਨੂੰ ਜੀ ਵੱਟਸਐਪ ਬਿਸਮਿਲ੍ਲਾ ਬਹੁਤ ਸ਼ੁਕਰੀਆ ਬਾਵਾ ਜੀ ਅੱਜ ਪਹਿਲੀ ਗੱਲ ਤੇ ਮੁਬਾਰਕ ਬੜੇ ਅਰਸੇ ਤੋਂ ਬਾਅਦ ਪੰਜਾਬੀ ਦਾ ਇੱਕ ਪ੍ਰੋਗਰਾਮ ਵੇਖਣ ਨੂੰ ਮਿਲਿਆ ਸੁਣਨ ਨੂੰ ਮਿਲਿਆ ਔਰ ਫਿਰ ਜਦੋਂ ਪੰਜਾਬੀ ਪ੍ਰੋਗਰਾਮ ਜਿਹੜਾ ਬਾਵਾ ਅਮਨ ਲਤੀਫ ਕਰ ਰਿਹਾ ਹੋਏ ਤੇ ਫਿਰ ਉਹਦੀ ਤੇ ਆਪਣੀ ਸ਼ਾਨ ਹੈ ਥੈਂਕ ਯੂ ਤੇ ਐਸਾਸ ਤੇ ਬਹੁਤ ਸਾਰਾ ਸ਼ੁਕਰੀਆ ਔਰ ਤੁਹਾਡੇ ਜਿੰਨੇ ਵੇਖਣ ਵਾਲੇ ਲੋਕ ਨੇ ਉਹਨਾਂ ਨੂੰ ਮੈਂ ਦੱਸਾਂਗਾ ਕਿ ਬਾਵਾ ਅਮਨ ਲਤੀਫ ਨੂੰ ਸ਼ਾਇਦ ਬਹੁਤ ਸਾਰੇ ਲੋਕ ਇਸ ਤਰ੍ਹਾਂ ਨਾ ਜਾਣਦੇ ਹੋਣ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਆ ਪੰਜਾਬੀ ਦੀ ਗੱਲ ਹੋਏ ਉਰਦੂ ਦੀ ਗੱਲ ਹੋਏ ਅਦਬ ਦੀ ਗੱਲ ਹੋਏ ਲੋਕਾਂ ਦੇ ਦਰਦ ਦੀ ਗੱਲ ਹੋਏ 바ਵਾ ਅਮਲ ਲਤੀਫ ਤੋਂ ਅਗੇ ਤੁਹਾਨੂੰ ਕੋਈ ਬੰਦਾ ਨਜ਼ਰ ਨਹੀਂ ਆਏਗਾ ਉਹ ਨਾ ਜੰਨੇ ਆਪਣੇ ਗੱਲ ਨਾਲ ਕਿ ਜਿਹੜੀ ਗੱਲ 바ਵਾ ਅਮਲ ਲਤੀਫ ਰਾਂ ਪੁੱਛੀ ਮੇਰੇ ਕੋਲੋਂ ਕਿ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਔਰ ਇਹਦੀ ਵਜ੍ਹਾ ਕੀ ਹੈ ਦੇਖੋ 바ਵਾ ਜੀ ਇਸ ਸੋਸਾਇਟੀ ਦੇ ਵਿੱਚ ਜਿੰਨਾ ਲੋਕਾਂ ਨੇ ਵੀ ਕੋਈ ਸਟੇਟਸ ਕੋ ਖਤਮ ਕੀਤਾ ਕਿਉਂਕਿ ਮੈਂ ਜਦੋਂ ਜਰਨਲਿਸਟਾਂ ਦੀ ਸਿਆਸਤ ਵਿੱਚ ਆਇਆ ਉਦੋਂ ਇੱਕ ਸਟੇਟਸ ਕੋ ਸੀ 14 15 ਸਾਲ ਤੋਂ ਠੀਕ ਹੈ ਜੀ ਔਰ ਸਟੇਟਸ ਕੋ ਦੇ ਖਿਲਾਫ ਜਿੰਨੇ ਵੀ ਗੱਲ ਕੀਤੀ ਏ ਉਹਨੂੰ ਇਲਜ਼ਾਮਾਂ ਬਰਦਾਸ਼ਤ ਕਰਨਾ ਪਏ ਨੇ ਟਮੋੜੀਆਂ ਉਹ ਤੁਸੀਂ ਪਗੰਬਰਾਂ ਤੋਂ ਸ਼ੁਰੂ ਕਰ ਲਓ ਉਹ ਤੁਸੀਂ ਸੁਸਾਇਟੀ ਦੇ ਆਗੂਆਂ ਤੋਂ ਗੱਲ ਕਰ ਲਵੋ ਉਹ ਤੁਸੀਂ ਵਲੀਆਂ ਤੋਂ ਗੱਲ ਕਰ ਲੋ ਜਿਹੜਾ ਸਟੇਟਸ ਕੋਡ ਦੇ ਖਿਲਾਫ ਉੱਠੇਗਾ ਹੂੰ ਉਹਦੇ ਖਿਲਾਫ ਗੱਲਾਂ ਹੋਣਗੀਆਂ ਧਮੂੜੀਆਂ ਲੱਗ ਜਾਣੀਆਂ ਉਹਦੇ ਪਿੱਛੇ ਔਰ ਫਿਰ ਇਹ ਬਹੁਤ ਕਾਟ ਲੋਗਾਂ ਨੂੰ ਅੱਲਾਹ ਤਾਲਾ ਇਹ ਖੁਸ਼ੀ ਦਿੰਦਾ ਹੈ ਕਿ ਜਿਹੜਾ ਖਾਬ ਲੈ ਕੇ ਉਸ ਸਟੇਟਸ ਕੋਡ ਨੂੰ ਤੋੜਨੋਂ ਸੇ ਨਿਕਲਣ ਉਹਦੇ ਚ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਵੀ ਹਾਸਲ ਕਰ ਲੈਣ ਔਰ ਆਪਣੀ ਜ਼ਿੰਦਗੀ ਵਿੱਚ ਉਹ ਤੇ ਆਲਾ ਮਕਾਮ ਵੀ ਹਾਸਲ ਕਰ ਲੈਣ ਬਿਸਮਿਲ ਮੈਨੂੰ ਤੇ ਮਿਰਥੇ ਕੋ ਅੱਲਾਹ ਤਾਲਾ ਦੀ ਖਾਸ ਰਹਿਮਤ ਹੈ ਮੇਰੇ ਮਾਂ ਪਿਓ ਦੀ ਦੁਆ ਹੈ ਮੇਰੇ ਬਜ਼ੁਰਗਾਂ ਦੀ ਦੁਆ ਹੈ ਕਿ ਸਾਫੀਆ ਦੀ ਸਿਆਸਤ ਵਿੱਚ ਇੱਡੇ ਥੋੜੇ ਵਕਤੇ ਚ ਬਹੁਤ ਘੱਟ ਲੋਕਾਂ ਨੇ ਇੰਨਾ ਕੁਝ ਕਮਿਊਨਿਟੀ ਆਸੇ ਹਾਸਲ ਕੀਤਾ ਔਰ ਬਹੁਤ ਘੱਟ ਲੋਕ ਐਸੇ ਨੇ ਕਿ ਜਿਨ੍ਹਾਂ ਨੂੰ ਕਮਿਊਨਿਟੀ ਇਸ ਤਰ੍ਹਾਂ ਇੱਜ਼ਤ ਇhtਰਾਮ ਦੇਦੀ ਹੈ ਤੇ ਐਸਾ ਸੀ ਮੇਰਾ ਆਪਣਾ ਖਿਆਲ ਹੈ ਵੀ ਕਿ ਜਿਹੜੇ ਲੋਕ ਵੀ ਗੱਲਾਂ ਕਰਦੇ ਨੇ ਉਹ ਜਦੋਂ ਵੇਖਣ ਦੇ ਕਿ ਅਫਜ਼ਲ ਬਟ ਨੇ ਆਪਣੀ ਜਦੋ ਜੇ ਦੇ ਦੇ ਨਾਲ ਪਹਿਲੀ ਦਫਾ ਜੀ ਇੱਥੇ ਨੈਸ਼ਨਲ ਪ੍ਰੈਸ ਕਲੱਬ ਬਣਾਇਆ ਜਦੋਂ ਮੈਂ ਸਿਆਸਤ ਦੇ ਚਾਹਿਆ ਇੱਥੇ ਕੋਈ ਇਸਲਾਮਬਾਦ ਪ੍ਰੈਸ ਕਲੱਬ ਨਹੀਂ ਸੀ ਪੁਰਾਣੇ ਲੋਕਾਂ ਨੂੰ ਭੱਕੇ ਖਾਂਦੇ ਸਾਂ ਅਸੀਂ ਤੇ ਜਿਹੜਾ ਪ੍ਰੈਸ ਕਲੱਬ ਹੈ ਵੀ ਸੀ ਉੱਥੇ ਸ਼ਾਇਦ ਪਾਣੀ ਤੇ ਮਿਲ ਜਾਂਦਾ ਹੋਵੇ ਉਹ ਵੀ ਠੰਡਾ ਹੀ ਨਹੀਂ ਮਿਲਦਾ ਹੋਵੇਗਾ ਗਰਮੀ ਹੈ ਚੱਲੇਕਰਨ ਅਲਾ ਦਾ ਫਜ਼ਲ ਹੈ ਕਿ ਅਸੀਂ ਜਦੋਂ ਸਿਆਸਤ ਦੇ ਚਾਹੇ ਲੋਕਾਂ ਨਾਲ ਵਾਦਾ ਕੀਤਾ ਕਿ ਤੁਸੀਂ ਸਾਨੂੰ ਕਾਮਯਾਬ ਕਰੋਗੇ ਤੇ ਅਸੀਂ ਇਥੇ ਇੱਕ ਆਲੀਸ਼ਾਨ ਪ੍ਰੈਸ ਕਲੱਬ ਬਣਾਵਾਂਗੇ। ਔਰ ਅਲਹਮਦੁਲਿਲਾ ਅੱਜ ਨੈਸ਼ਨਲ ਪ੍ਰੈਸ ਕਲੱਬ ਮੌਜੂਦ ਹੈ। ਫਿਰ ਇਹ ਸ਼ਹਿਰ ਕਿਉਂਕਿ ਸਲਾਮਾਬਾਦ ਸਭ ਲੋਕਾਂ ਦਾ ਸ਼ਹਿਰ ਹੈ। ਹਾਂ, ਜ਼ਾਇਰ ਅਮਰਕਜ਼ ਹੈ। ਮਰਕਜ਼ ਹੈ ਜਿੱਥੇ ਪੂਰੇ ਪਾਕਿਸਤਾਨ ਤੋਂ ਲੋਕ ਆਉਂਦੇ ਨੇ। ਇੱਕ ਬੰਦਾ ਜਿਹੜਾ ਆਪਣੇ ਘਰ ਤੋਂ ਆਂਦਾ ਸੀ ਉਹਦੇ ਸਭ ਤੋਂ ਵੱਡਾ ਮਸਲਾ ਇੱਥੇ ਦੱਸ ਕਿ ਅਗਰ ਨੌਕਰੀ ਲੱਭ ਵੀ ਜਾਏ ਤੇ ਦੋ ਵਕਤ ਦੀ ਰੋਟੀ ਪੂਰੀ ਨਹੀਂ ਸੀ ਹੁੰਦੀ ਤੇ ਛੱਤ ਵੀ ਲਗਣੀ ਛੱਤ ਵੀ ਲੱਭਣੀ ਹੈ ਫਿਰ ਅੱਲਾਹ ਤਾਲਾ ਨੇ ਸਾਨੂੰ ਤੋਫੀਕ ਦਿੱਤੀ ਅਸੀਂ ਨੈਸ਼ਨਲ ਪ੍ਰੈਸ ਕਲੱਬ ਵਿੱਚ ਸਾਡੇ ਦੌਰ ਵਿੱਚ ਇੱਕ ਕੈਫੇਟੇਰੀਆ ਸ਼ੁਰੂ ਹੋਇਆ ਜਿਹੜਾ ਅੱਜ ਅਲਮਦੁਲਿਲਾਹ ਜੀ ਚੱਲ ਰਿਹਾ ਹੈ ਫਿਰ ਸਾਡੇ ਤੋਂ ਪਹਿਲੇ ਪਿਕ ਐਂਡ ਚੂਜ਼ ਹੁੰਦਾ ਸੀ ਜਦੋਂ ਪਲਾਟ ਆਉਂਦੇ ਸਨ ਲੀਡਰ ਲੈ ਜਾਂਦੇ ਸਨ ਹਾਏ ਜਾਂ ਹਕੂਮਤ ਦੇ ਪਰਵਰਦਾ ਲੋਕ ਲੈ ਜਾਂਦੇ ਸਨ ਆਮ ਵਰਕਰ ਨਹੀਂ ਮਿਲਦਾ ਅਸੀਂ ਵਾਦਾ ਕੀਤਾ ਲੋਕਾਂ ਨਾਲ ਕਿ ਅਗਰ ਅੱਲਾਹ ਤਾਲਾ ਨੇ ਸਾਨੂੰ ਕਾਮਯਾਬੀ ਦਿੱਤੀ ਹੋਰ ਤੁਸੀਂ ਸਾਡੇ ਤੇ ਇਤਮਾਦ ਕੀਤਾ ਤੇ ਅਸੀਂ ਹਰ ਬੰਦੇ ਨਾਲ ਉਹੋ ਸ਼ੁਰੂ ਕਰਾਂਗੇ ਵਰਕਰ ਨਾਲ ਵੀ ਉਹੋ ਹੀ ਹੋਏਗਾ ਜਿਹੜਾ ਐਡੀਟਰ ਨਾਲ ਹੋਏਗਾ ਪ੍ਰੈਸ ਕਲੱਬ ਦੇ ਸਦਰ ਨਾਲ ਵੀ ਹੋਏਗਾ ਜਿਹੜਾ ਵੋਟਰ ਨਾਲ ਹੋਏਗਾ ਫਿਰ ਤੁਸੀਂ ਵੇਖਿਆ ਕਿ ਅੱਲਾਹ ਤਾਲਾ ਜੇ ਸਾਨੂੰ ਮੌਕਾ ਦਿੱਤਾ ਤੇ ਪ੍ਰੈਸ ਕਲੱਬ ਦੇ ਤਮਾਮ ਮੈਂਬਰਾਂ ਨੂੰ ਅਸੀਂ ਪਲਾਟ ਦਿੱਤੇ ਜੀ ਦੀ ਸੂਰਤ ਵਿੱਚ ਮੀਡੀਆ ਟਾਊਨ ਮੌਜੂਦ ਹੈ ਫਿਰ ਉਸ ਤੋਂ ਬਾਅਦ ਪ੍ਰੈਕਟੀਕਲ ਜਰਨਲਿਜ਼ਮ ਪ੍ਰੈਕਟੀਕਲ ਜਦੋਂ ਜੇ ਐਥ ਵੈਲਫੇਅਰ ਦੇ ਕੰਮ ਨੇ ਨਾ ਤੇ ਫਿਰ ਜਦੋਂ ਪ੍ਰੈਕਟੀਕਲ ਜਦੋ ਜੇ ਦਾਈ ਦੁਨੀਆ ਨੇ ਦੇਖਿਆ ਕਿ پرویز ਮੁਸ਼ਰਫ ਨੇ ਜੋ ਹੀ ਮੁਲਕ ਵਿੱਚ ਐਮਰਜੈਂਸੀ نافذ ਕੀਤੀ ਮੀਡੀਆ ਬੰਦ ਕੀਤਾ ਅਲਹਮਦੁਲਿਲਾ ਸਿੱਖ ਤਰੀਕ ਸਾਜਦੋ ਜੇਦ ਕੀਤੀ 72 ਦਿਨ ਦਾ مسلسل ਕੈਂਪ ਲਗਾਇਆ ਔਰ ਅੱਲਾ ਦੇ ਫਜ਼ਲ ਨਾਲ ਮੀਡੀਆ ਆਜ਼ਾਦ ਹੋਇਆ ਐਸ ਸ਼ਹਿਰ ਦੇ ਵਿੱਚ ਐਸੇ ਦਫਤਰ ਵੀ ਮੌਜੂਦ ਨੇ ਜਿਨ੍ਹਾਂ ਦੇ ਬਾਰੇ ਅਸੀਂ 100-100 ਦਿਨ ਕੈਂਪ ਲਗਾਇਆ ਲੋਕਾਂ ਦੇ ਲੋਕਾਂ ਹਾਂ ਵਾਸਤੇ ਤਰਖਾ ਵਾਸਤੇ ਔਰ ਫਿਰ ਇਸ ਤੋਂ ਇਲਾਵਾ ਇੱਕ ਬੜਾ ਵੱਡਾ ਇਸ਼ੂ ਸੀ 18 ਸਾਲ ਹੋ ਗਏ ਸਨ ਕਿ ਬਿਜ ਬੋਰਡ ਨਹੀਂ ਸਿਰ ਮਿਲ ਰਿਹਾ ਲੋਕਾਂ ਨੂੰ ਜਦੋਂ ਮੈਂ ਪੀਐਫ ਜੀ ਦਾ ਸਦਰ ਬਣਿਆ ਤੇ ਲੋਕਾਂ ਨੇ ਬਹੁਤ ਸਾਰਾ ਕਿਹਾ ਕਿ ਆਪਾਂ ਨੂੰ ਉਮੀਦ ਹੈ ਕਿ ਬਾ ਲੋਕਾਂ ਦਾ ਸਤਾਰਾ ਹੁੰਦਾ ਹੈ ਕਿ ਉਹ ਕਦਮ ਚੁੱਕਦੇ ਨੇ ਤੇ ਮੰਜ਼ਲਾਂ ਸਿਮਿੰਟ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਉਹਨਾਂ ਐ ਵੀ ਕਿ ਵੇਜ ਬੋਰਡ ਦਾ ਨਾਂ ਲਵੋ ਤੇ ਮਾਲਕ ਵੀ ਮਜ਼ਾਕ ਕਰਦੇ ਸਨ ਕਿਹੜਾ ਵੇਜ ਬੋਰਡ ਵਰਕਰ ਵੀ ਮਜ਼ਾਕ ਕਰਦੇ ਪੁੱਲ ਜਾਓ ਯਾਰ ਕੀ ਆ ਵੀ ਲollipops ਦੇ ਰਹੇ ਹੋ ਲੇਕਿਨ ਅੱਲਾ ਦੇ ਫਜ਼ਲੋ ਕਰਮ ਨਾਲ ਅੱਲਸੀ ਜਦੋਂ ਮੂਵਮੈਂਟ ਚਲਾਈ 18 ਸਾਲ ਤੋਂ ਬਾਅਦ ਗਵਰਨਮੈਂਟ ਨੇ ਅਠਵਾਂ ਵੇਜ ਬੋਰਡ ਵੀ ਦੇ ਦਿੱਤਾ ਜੀ ਠੀਕ ਹੈ ਔਰ ਉਹ ਤਾਜ਼ਾ ਤਰੀਕ ਤੋਂ ਤੁਸੀਂ ਦੇਖਿਆ ਹੋਵੇਗਾ ਜੇ ਅਸੀਂ ਜਦੋਂ ਸਦਰੇ ਪਾਕਿਸਤਾਨ ਖਤਾਬ ਕਰ ਰਹੇ ਸਨ ਦੋਆਂ ਇਵਾਨਾਂ ਦੇ مشترਕਾ اجلاس ਨੂੰ ਉਦੋਂ ਅਸੀਂ ਧਰਨਾ ਦਿੱਤਾ ਕਿਉਂਕਿ ਗਵਰਨਮੈਂਟ مسلسل ਇੱਕ ਕਾਲਾ ਕਾਨੂੰਨ ਲਿਆਉਂਦੇ ਜ਼ਿੱਦ ਕਰ ਰਹੀ ਸੀ ਕਦੀ ਕਹਿੰਦੇ ਸਨ ਅਸੀਂ ਆਰਡੀਨੈਂਸ ਲਿਆ ਰਹੇ ਹਾਂ ਕਦੀ ਕਹਿੰਦੇ ਸਨ ਅਸੀਂ ਉਹਨੂੰ ਬਿੱਲ ਦੀ ਸ਼ੋਰਤ ਚ ਲਿਆ ਰਹੇ ਹਾਂ ਕਿ ਪੀਐਮਡੀ ਦੇ ਨਾਂ ਤੋਂ ਪਾਕਿਸਤਾਨ ਮੀਡੀਆ ਡਿਵੈਲਪਮੈਂਟ ਅਥਾਰਟੀ ਦਾ ਨਾਂ ਸੀ ਲੇਕਿਨ ਸਾਡੇ ਤਕਰੀਬ ਕਰੀ ਅਸਲ ਤਕਰੀਬ ਕਰੀ ਸੀ ਔਰ ਅਸੀਂ ਜਦੋਂ ਦਰਨੇ ਦਾ ਐਲਾਨ ਕੀਤਾ ਤੇ ਲੋਕਾਂ ਸਮਝਿਆ ਕਿ ਇਹ ਫੋਟੋ ਸੈਸ਼ਨ ਹੋਏਗਾ ਜਾਂ ਦੇ ਆ ਜਾਂਦੇ ਅਸੀਂ ਮੈਂ ਦੋਸਤਾਂ ਨੂੰ ਕਿਹਾ ਕਿ ਨਹੀਂ ਇਹ ਸੀਰੀਅਸ ਕਾਜ਼ ਹੈ ਇਹ ਸੀਰੀਅਸ ਦਰਨਾ ਹੋਏਗਾ ਅਸੀਂ 24 ਘੰਟੇ ਦਾ ਦਰਨਾ ਦਿੱਤਾ ਇੱਕ ਦਿਨ ਸ਼ੁਰੂ ਕੀਤਾ ਸਾਰੀ ਰਾਤ ਫੁੱਟਪਾਥ ਤੇ ਗੁਜ਼ਾਰੀ ਦੂਸਰੇ ਦਿਨ ਸ਼ਾਮ ਨੂੰ ਖਤਮ ਕੀਤਾ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਅਸੀਂ ਸੀਰੀਅਸ ਜਦੋਂ ਜਿਹੇ ਦਿਖਾ ਦਿੱਤਾ ਔਰ ਉਹਦੇ ਅਚੀ ਤੌਰ ਪਰ ਅਸੀਂ ਅਨਾਉਂਸ ਅਨਾਉਂਸ ਕਰ ਦਿੱਤਾ ਸੀ পিএফজে ਦੇ ਸਦਰ ਸ਼ਹਾਜ਼ਾਦ ਅਲਫਕਾਰ ਔਰ ਨਾਸਰ ਜ਼ਾਦੀ ਸਾਹਿਬ ਨੇ ਕਿ ਹੋਂ ਜਿਹੜਾ ਜਰਨਲਿਸਟ ਜਿਹੜੇ ਨੇ ਗੁਜ਼ਰਸ਼ਤਾ 4 ਸਾਲ ਤੋਂ 12000 ਜਰਨਲਿਸਟ ਫਰਗ ਹੋ ਗਏ ਨੇ ਇਹ ਗਵਰਨਮੈਂਟ ਨੇ ਸਿਰਫ ਆਮ ਮਜ਼ਦੂਰ ਨੂੰ ਬੇਰੋਜ਼ਗਾਰ ਨਹੀਂ ਕੀਤਾ ਬੋਲ ਕੇ ਜਿਹੜੀ ਬੇਰੋਜ਼ਗਾਰੀ ਦੀ ਇੱਕ ਲਹਿਰ ਆਈ ਏ ਉਹਦਾ ਸ਼ਿਕਾਰ ਪਾਕਿਸਤਾਨ ਦਾ ਮੀਡੀਆ ਵੀ ਏ 12000 ਬੰਦੇ ਤੇ ਨਿਕਲ ਕੇ ਦਫਤਰਾਇਚੂ ਬਾਕੀ ਜਿੰਨੇ ادارے ਸਨ ਵੱਡੇ ਤੋਂ ਵੱਡਾ ਨਾਂ ਲੈ ਲਓ ਜੀ ਉਹਦਾ ਨਾਂ ਲੈ ਲਓ ਡਾਂ ਦਾ ਨਾਂ ਲੈ ਲਓ ਉਹਨਾਂ ਸਾਰਿਆਂ ਨੇ 40 40 ਫੀਸਤ ਰਹਾਵਾ ਕਟਾ ਦਿੱਤੀਆਂ ਕਟ ਲਾ ਦਿੱਤਾ ਮਹਿੰਗਾਈ ਕਿੱਥੇ ਜਾ ਰਹੀ ਏ ਜੋ ਕਟਾਈ ਜਾ ਰਹੇ ਨੇ ਔਰ ਉਹ ਕਟਾਈ ਜਾ ਰਹੇ ਨੇ ਤੇ ਇਸ ਵਾਸਤੇ ਇੰਨਾ ਵੱਡੇ ਵੱਡੇ ਮਸਲਿਆਂ ਵਾਸਤੇ ਪੀਐਫ ਜੀ ਨੇ ਲੌਂਗ ਮਾਰਚ ਦਾ ਫੈਸਲਾ ਕੀਤਾ ਜੀ ਜਿਹਦੇ ਵਾਸਤੇ ਪੂਰੇ ਪਾਕਿਸਤਾਨ ਵਿੱਚ ਇੱਕ ਮੋਬਿਲਾਈਜੇਸ਼ਨ ਅਸੀਂ ਕਰ ਰਹੇ ਸਾਂ ਪੂਰੇ ਪਾਕਿਸਤਾਨ ਵਿੱਚ ਪੀਐਫਜੇ ਨੇ ਵਰਕਰ ਕਨਵੈਨਸ਼ਨ ਕੀਤੇ ਨੇ ਓਨ ਕੌਮੀ ਜਰਨਲਿਸਟ ਕਨਵੈਨਸ਼ਨ ਜਿਹੜਾ ਸਾਰਾ ਤੇ ਇਹਨੂੰ ਇਸਲਾਮਾਬਾਦ ਵਿੱਚ ਹੋਏਗਾ ਜਿਹਦੇ ਵਿੱਚ ਪਾਕਿਸਤਾਨ ਦੇ ਤਮਾਮ ਸ਼ਹਿਰਾਂ ਦੀ ਜਿਹੜੀ ਮੁੰਤਖਬ ਕਿਆਦਤ ਹੈ ਉਹ ਮੌਜੂਦ ਹੋਏਗੀ ਉਹਦੇ ਵਿੱਚ ਲੌਂਗ ਮਾਰਚ ਦੀ ਤਾਰੀਖ ਦਿੱਤੀ ਜਾਏਗੀ ਔਰ ਇਨਸ਼ਾਅੱਲਾ ਤਾਲਾ ਉਹ ਜਦੋਂ ਜਿਹੜੀ ਹੈ ਉਹ ਵੀ ਕਾਮਯਾਬ ਹੋਵੇਗੀ ਲੋਕ ਆਖਦੇ ਨੇ ਜੀ ਮੀਡੀਆ ਮੁੱਕ ਗਿਆ ਚਲੋ ਸੋਣ ਲੈਣੇ ਗੱਲ ਲੋਕ ਕਹਦੇ ਨੇ ਜੀ ਇਹ ਜਿਹੜੇ ਯੂਟਿਊਬਰ अगेन ਇਹ ਕੀ ਗੱਲ ਕਰਦੇ ਨੇ ਲੋਕ ਕਹਦੇ ਨੇ ਜੀ ਸਾ ਨਹੀਂ ਲਿਆ ਜਾ ਸਕਦਾ ਆਪਾਰੇ ਦੀ ਮਰਜ਼ੀ ਤੋਂ ਬਗੈਰ ਇਹ ਕੀ ਕਹਾਣੀ ਹੈ ਤੁਸੀਂ ਆਬਾਮੀ ਸਾਫੀ ਵੀ ਆਓ ਇਹ ਲੋਕਾਂ ਜਿਹੜਾ ਸ਼ਤਬਾ ਫਲਾਇਆ ਹੈ ਕਿ ਆ ਐਂਜੀ ਹੈ ਕਿ ਕੋਈ ਗੱਲ ਹੋਰ ਵੀ ਹੈ ਦੇਖੇ ਬਾਬਾ ਜੀ ਥੋੜਾ ਜਿਆ ਇੱਕ ਗੱਲ ਹੈ ਵੀ ਤੇ ਨਹੀਂ ਵੀ ਜੀ ਕਿ ਅਕਸਰ ਮਾਮਲਾ ਐ ਵੇ ਕਿ ਇਸ ਮੁਲਕ ਵਿੱਚ ਜਿੱਥੇ ਸਟੇਟ ਦੀ ਰੇਟ ਖਤਮ ਹੁੰਦੀ ਹੈ ਉਥੋਂ ਸਟੇਟ ਦੀ ਰਿੱਟ ਸ਼ੁਰੂ ਹੁੰਦੀ ਹੈ ਜਿੱਥੇ ਸਟੇਟ ਦੀ ਰਿੱਟ ਰਿੱਟ ਮੁੱਕਦੀ ਹੈ ਉਥੋਂ ਸੀਟ ਦੀ ਸ਼ੁਰੂ ਹੁੰਦੀ ਹੈ ਸੀਟ ਅਗਰ ਅਗਰ ਸੀਟ ਚਾਹ ਰਿਹਾ ਹੋਏ ਤੇ ਵਰਕਿੰਗ ਜਰਨਲਿਸਟ ਜਿਹੜਾ ਹੈ ਉਹ ਗੱਲ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭ ਲੈਂਦਾ ਹੈ ਮਾਜ਼ੀ ਵਿੱਚ ਵੀ ਜਰਨਲਿਸਟਾਂ ਲੱਖ ਦੇ ਦੌਰ ਵਿੱਚ ਵੀ ਸੀ ਕਿ ਉਹ ਮਨਾ ਕਰਦੇ ਸਨ ਫਿਰ ਜਰਨਲਿਸਟ ਜਿਹੜੇ ਨੇ ਅਸੀਂ ਕੋ ਲੱਖਤੀ ਹਜ਼ਾਰ ਬਣਾ ਲੈਂਦੇ ਸਾਂ ਉਹ ਜਰਨਲਿਸਟ ਜਿਹੜੇ ਨੇ ਉਹ ਜਦੋਂ ਖਬਰਾਂ ਉਤਾਰ ਕੇ ਲੈ ਜਾਂਦੇ ਹਾਂ ਦੇ ਜਿਹੜੇ ਇਤਰਾਜ਼ ਏ ਉਹ ਐਸੀਆਂ ਹਦੀਸਾਂ ਔਰ ਐਸੇ ਐਸੀਆਂ ਆਇਤ ਦਾ ਤਰਜਮਾ ਲਾ ਦਿੰਦੇ ਹਨ ਜਿਹੜੀਆਂ ਬੰਦੇ ਨੂੰ ਜਦੋਂ ਜਿੱਥੇ ਮਾਦਾ ਕਰਦੀਆਂ ਨੇ ਜ਼ੁਲਮ ਦੇ ਖਿਲਾਫ ਉੱਠਣ ਦੇ ਮਾਦਾ ਕਰਦੀਆਂ ਨੇ ਕਦੀ ਐਸੇ ਇਸ਼ਾਰ ਲਾ ਦੇ ਨੇ ਕਿ ਜਿਹੜੇ ਲੋਕਾਂ ਨੂੰ ਜਦੋਂ ਜਿੱਤੇ ਦਰਾਸਾ ਦਿਖਾਦੇ ਨੇ ਉਹਨਾਂ ਕਹੇ ਭਈਆ ਵੀ ਸਿਲਸਿਲਾ ਬੰਦ ਕਰੋ ਲੇਕਰ ਕਿਉਂਕਿ ਉਦੋਂ ਕੰਟਰੋਲ ਜਿਹੜਾ ਇੱਕ ਜਿਹੜਾ ਜਰਨਲਿਸਟ ਐਡਿਟਰ ਦੀ ਸੂਰਤ ਵਿੱਚ ਮੌਜੂਦ ਸੀ ਉਹਦੇ ਕੋਲ ਸੀ ਹੁਣ ਸਾਰਾ ਕੰਟਰੋਲ ਮਾਲਕ ਕੋਲੇ ਮਾਲਕ ਆਰਾਮ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦਾ ਹੂੰ ਠੀਕ ਹੈ ਉਹਨੂੰ ਕੁਝ ਦਵਾਇਆ ਵੀ ਜਾ ਰਿਹਾ ਹੋਵੇਗਾ ਲੇਕਿਨ ਸ਼ਾਮ ਨੂੰ ਰੋਜ਼ਾਨਾ ਕੁਝ ਨਾ ਕੁਝ ਦੇਖ ਕੇ ਉਸ ਮਾਲਕ ਦਾ ਵੀ ਬੰਦ ਕੀਤਾ ਜਾਂਦਾ ਹੈ ਤੇ ਉਹ ਖਬਰ ਵੀ ਰੋਕ ਲਈ ਜਾਂਦੀ ਹੈ ਇੱਕ ਹੋਰ ਗੱਲ ਸਾਡੇ ਖਿੱਤੇ ਚ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ ਐਦਰ ਅਫਗਾਨਿਸਤਾਨ ਹੈ ਉਧਰ ਈਰਾਨ ਹੈ ਐਦਰ ਅਸੀਂ ਲਬੈਕ ਹੈ ਤੇ ਲਬੈਕ ਤੋਂ ਬਾਅਦ ਇੱਕ ਨਵੀਂ ਕਹਾਣੀ ਜਿਹੜੀ ਹੈ ਉਹ ਆਜ਼ਾਦੀ ਦੀ ਵੀ ਗੱਲ ਆ ਗਈ پاکستان ਜਿਹੜਾ ਹੈ ਉਹ ਤੁਸੀਂ ਜ਼ਾਹਿਰ ਮਸਬੀ ਮਾਮਲੇ ਆਤ ਔਰ ਜਿਹੜੀ ਸਾਡੀ ਤਲਬਾ ਤਨਜ਼ੀਮਾਂ ਉਹਨਾਂ ਨਾਲ ਵੀ ਤੁਹਾਨੂੰ ਮਨਸਲੀ ਕਰੇ ਔਰ ਉਸ ਤੋਂ ਮੈਂ ਫਾਇਦਾ ਉਠਾਣਾ ਚਾਹਣਾ ਤੁਹਾਡੀ ਮੌਜੂਦਗੀ ਚੋਂ ਪਾਕਿਸਤਾਨ ਜਿਹੜਾ ਹੈ ਉਹ ਯਾ ਰਸੂਲullah ਤੇ ਯਾ ਹੁਸੈਨ ਦਾ ਖਿਤਾ ਹੈਗਾ ਇੱਥੇ ਜਿਹੜੇ ਅਸੀਂ ਛੋਟੇ ਜਿਹੇ ਲੋਕ ਹਨ ਜਿਹੜੇ ਸਲਫੀ ਅੰਬਲੀ ਤੇ ਦਿਉਬੰਦੀਤ ਬਾਕੀ ਇੱਕ ਪੂਰਾ ਸਿਸਟਮ ਉਹ ਜ਼ਾਇਰ ਹੈ ਕਲਚਰ ਹੈ ਸਾਰਾ ਚੱਲਦਾ ਪਿਆ ਔਰ ਮੇਰੇ ਨਜ਼ਦੀਕ ਮੇਰੀ ਆਪਣੀ رائے ਹੈ ਕਿ ਇਹ ਜਿਹੜਾ ਮਜ਼ਹਬ ਮਸਲਕ ਜੀ ਹੈ ਉਹ ਹੈ ਸਾਰੇ ਮਾਮਲੇ ਜਿਹੜੇ ਨੇ ਅੱਲਾਹ ਤੇ ਬੰਦੇ ਦਾ ਇੱਕ ਡਾਇਰੈਕਟ ਇੱਕ سلسلہ ਹੁੰਦਾ ਹੈ ਉਹਦੇ ਵਿੱਚ ਕਿਸੇ ਨੂੰ ਠੇਕੇਦਾਰੀ ਨਹੀਂ ਕਰਨੀ ਚਾਹੀਦੀ ਲੇਕਿਨ ਲਬੈਕ ਹੋਈ ਆਜ਼ਾਦੀ ਹੋਈ ਛੋੜਿਆ ਟੀਟੀਪੀ ਨਾਲ ਜਿਹੜਾ ਮਵਾਦਾਤ ਹੋ ਰਹੇ ਸਾਰਾ ਸਿਲਸਿਲਾ ਚੱਲ ਰਿਹਾ ਹੈ ਤੇ ਕਿਆ ਇਹ ਸੁੰਨੀ ਸਟੇਟ ਬਣਾਈ ਜਾ ਰਹੀ ਹੈ ਉਧਰ دیੋਬੰਦੀ ਸਟੇਟ ਬਣਾਈ ਜਾ ਰਹੀ ਹੈ ਉਧਰ ਸ਼ੀਆ ਸਟੇਟ ਮੌਜੂਦ ਹੈ ਕਿਦਰੇ ਕੋਈ ਤੁਹਾਡਾ ਵੀਨ ਜਿਹੜਾ ਹੈ ਜਿਹੜਾ ਜਰਨਲਿਸਟਿਕ ਵੀਨ ਹੈ ਉਹ ਕੀ ਕਹਿੰਦਾ ਕੋਈ ਕੜਮਾਸਾ ਨਹੀਂ ਮਚਣ ਲਗਾਇਤਾ ਹਲ ਦੇਖੋ ਬਾਬਾ ਜੀ ਇਹ ਬੜਾ ਅਫਸੋਸਨਾਕ ਮਾਰੇ ਕਿ ਉਹ ਤਾਂ ਠੀਕ ਕਿਹਾ ਕਿ ਮਜ਼ਹਬ ਜਿਹੜਾ ਹੈ ਮੇਰਾ ਔਰ ਮੇਰੇ ਖੁਦਾ ਦਾ ਮਾਮਲਾ ਹੈ ਔਰ ਇਹਦੇ ਚ ਬਾਦਕਾਤ ਖਬੇ ਸਰਜੋ ਕੋਠੇਕੇਦਾਰ ਪੈ ਕੇ ਸਾਰੀ ਸਿਚੁਏ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਤਰੀਕੇ ਲਬੈਕ ਦਾ ਪਹਿਲਾ ਧਰਨਾ ਹੋਇਆ 3-4 ਸਾਲ ਪਹਿਲੇ ਮੈਂ ਬਹੁਤ ਸਾਰੇ ਜਰਨਲਿਸਟਾਂ ਨੂੰ ਜਾਣਨਾ ਜਿਹੜੇ ਅਚਾਨਕ ਆਸ਼ਕ-ਏ-ਰਸੂਲ ਬਣ ਗਏ ਮੈਂ ਬਹੁਤ ਸਾਰੇ ਐਨਕਰ ਨੂੰ ਜਾਣਨਾ ਜਿਹੜੇ ਅਚਾਨਕ ਆਸ਼ਕ-ਏ-ਰਸੂਲ ਬਣ ਗਏ ਹਾਏ ਔਰ ਮੈਂ ਹੱਥ ਜੋੜੇ ਉਹਨਾਂ ਅੱਗੇ ਕਿ ਮੌਸਮੀ ਆਸ਼ਕ-ਏ-ਰਸੂਲ ਨਾ ਬਣੋ ਸਿਆਸਤ ਕਰਨ ਦਾ ਬੜਾ ਮੌਕਾ ਹੈ ਕਿਸੇ ਔਰ ਨਾਂ ਤੇ ਕਰ ਲਵੋ ਲੇਕਿਨ ਨਬੀ ਪਖ਼ਤ ਸੱਲਮ ਦੀ ਹਰਮਤ ਨੂੰ ਨਾ ਵੇਚੋ ਉਹਦਾ ਮਜ਼ਾਕ ਨਾ ਆੜਾ ਹੁਣ ਜਿਹੜਾ ਧਰਨਾ ਦਿੱਤਾ ਤਰੀਕੇ ਲਬੈਕ ਨੇ ਮੈਂ ਸਮਝਦਾ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਨਬੀ پاک ਸੱਲਮ ਦੇ ਇਸ਼ਕ ਦਾ ਨਾਮ ਮਿਸਯੂਜ਼ ਕੀਤਾ ਸੀ 4 ਸਾਲ ਪਹਿਲੇ ਇਹ ਦਰਨਾ ਉਹਨਾਂ ਸਿਆਜ਼ ਦੁਨੀਆ ਤੇ ਅਜ਼ਾਬ ਸੀ ਹੂੰ ਕਿ ਜਿਨ੍ਹਾਂ ਨੇ ਔਰ ਲੋਕ ਐਕਸਪੋਜ਼ ਵੀ ਹੋ ਗਏ ਹਾਂ ਭਾਈ ਅੱਜ ਉਹ ਐਂਕਰ ਲੱਭੋ ਜਿਹੜਾ ਕੱਲ ਬੜਾ ਆਸ਼ਕ-ਏ-ਰਸੂਲ ਸੀ ਕਿੱਧਰ ਗਿਆ ਅੱਜ ਉਹ ਸਿਆਸਤਦਾਨ ਲੱਭੋ ਜਿਹੜਾ ਕੱਲ ਸੜਕਾਂ ਤੇ ਫਿਰਦਾ ਸੀ ਕਿ ਮੈਂ ਬੜਾ ਆਸ਼ਕ-ਏ-ਰਸੂਲ ਹਾਂ ਔਰ ਤਰੀਕੇ ਲੱਭ ਬੈਕ ਦੇ ਤੜਨੇ ਚ ਲੋਕਾਂ ਨੂੰ ਜਾ ਕੇ ਵਰਗਲਾਂਦਾ ਸੀ ਕਿ ਜਲਾਓ ਗਰਾਓ ਮਾਰੋ ਮਾਰ ਦਿਓ ਠੀਕ ਹੈ ਐਸਾ ਹਸਤੇ ਮੇਰਾ ਆਪਣਾ ਖਿਆਲ ਹੈ ਵੇ ਕਿ ਜਿੰਨਾ ਲੋਕਾਂ ਨੂੰ ਇਸਤੇਮਾਲ ਕੀਤਾ ਕੀਤਾ ਗਿਆ ਉਹ ਸ਼ਾਇਦ ਸਾਜ਼ਿਸ਼ ਦਾ ਹਿੱਸਾ ਨਾ ਹੋਣ ਇਹ ਸ਼ੁਰੂ ਤੋਂ ਹੁੰਦਾ ਹੈ ਨਹੀਂ ਸਾਦਾ ਸਾਦਕੀ ਚ ਮਾਰੇਗੇ ਸ਼ੁਰੂ ਤੋਂ ਇੰਜ ਹੁੰਦਾ ਹੈ कि व्डिया ताकत जो सारे लोगों जो को मुसलमान है उन्होंने इस्लाम के नाते एक्सप्लाइट करते हैं जो क्रिश्चन है उन्होंने सलीब के नाँ इस्तेमाल करते हैं जो कोई शी है उन्होंने करबला नाँ इस्तेमाल करते हैं ठीक है एक्सपोलाइटे है लेकिन इस्तेमाल होने वाला बंद समझ आ कि मैं अपने काज नर्व कर रहा इसे मैं समझना वा कि इस खत्ते चर अग लग गई कि ईरान ਇਕ ਫਿਰਕੇ ਦੇ ਹਵਾਲੇ ਕਰਤਾ ਜਾਂਦਾ ਹੈ ਅਫਗਾਨਿਸਤਾਨ ਇੱਕ ਫਿਰਕੇ ਦੇ ਹਵਾਲੇ ਕਰਤਾ ਜਾਂਦਾ ਹੈ ਪਾਕਿਸਤਾਨ ਇੱਕ ਫਿਰਕੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਸ ਬੁਨਿਆਦ ਤੇ ਲੜਾਈ ਹੁੰਦੀ ਹੈ ਤੇ ਇਹਦਾ ਸਭ ਤੋਂ ਪਹਿਲਾ ਕੈਜੂਅਲਟੀ ਇਸਲਾਮ ਦੀ ਹੋਏਗੀ ਜਿਹੜਾ ਇਸਲਾਮ ਦਾ ਇੱਕ ਸੌਫਟ ਇਮੇਜ ਕੀ ਕਹੋਗੇ ਹੋਰ ਵੀ ਜਦੋਂ ਇੱਕ ਮਸਜਿਦ ਦੇ ਬਾਹਰ આજ ਤੋਂ 10 ਸਾਲ ਪਹਿਲੇ ਇੱਕ ਇਮਾਮ ਬਾਰਗਾ ਦੇ ਬਾਹਰ ਚਾਰ ਗਨਮੈਨ ਖਲੋਤੇ ਸਨ ਮਸਜਿਦ ਦੇ ਬਾਹਰ 6 ਗਨ ਮੈਨ ਖਲੋਤੇ ਸਨ ਦਰਗਾਹ ਦੇ ਬਾਹਰ 3 ਗਨ ਮੈਨ ਖਲੋਤੇ ਸਨ ਔਰ ਖਤਰਾ ਹਿੰਦੁਸਤਾਨ ਤੋਂ ਨਹੀਂ ਸੀ ਕਿਸੇ ਗੈਰ ਮੁਸਲਮ ਤੋਂ ਨਹੀਂ ਸੀ ਇੱਕ ਦੂਸਰੇ ਤੋਂ ਸੀ ਅੱਲਾਹ ਕਰੇ ਕੰਨਾਂ ਦੇ ਸਾਇਜ ਨਮਾਜ਼ਾਂ ਹੋਣ ਅੱਲਾਹ ਕਰੇ ਪਾਕਿਸਤਾਨ ਜਿਹੜਾ ਉਸ ਮਾਹੌਲ ਤੋਂ ਬਚ ਜਾਏ ਇਦਾ ਮਤਲਬ ਇਹ ਹੋਇਆ ਕਿ ਇਹ ਸਾਰੀ ਜਿਹੜੀ ਸੂਰਤ ਹੈ ਉਹ ਜਿਹੜੇ ਸਾਡੇ ਜਨਰਲ ਅਮੀਦ ਗੁਲ ਸਾਹਿਬ ਸਣ ਉਹ ਇੱਕ ਗੱਲ ਕਰਦੇ ਸਨ ਬਾਰ-ਬਾਰ ਉਹ ਯਾਦ ਆਉਂਦੀ ਹੈ ਅਫਗਾਨਿਸਤਾਨ ਬਹਾਨਾ ਹੈ ਪਾਕਿਸਤਾਨ ਨਿਸ਼ਾਨਾ ਹੈ ਇਹ ਜਿਹੜੀ ਕਹਾਣੀ ਹੈ ਇਹ ਔਰ ਦੂਸਰੀ ਸੂਰਤ ਇਹ ਹੈ ਕਿ ਤਾਈਵਾਨ ਦਾ ਕਟਾ ਵੀ ਖੋਲਿਆ ਗਿਆ 1 ਨੇਸ਼ਨ 2 ਸਿਸਟਮ ਦੀ ਗੱਲ ਕੀਤੀ ਜਾ ਰਹੀ ਹੈ ਸਮੁੰਦਰਾਂ ਦੇ ਕਬਜ਼ੇ ਦੀ ਗੱਲ ਹੋ ਰਹੀ ਹੈ ਨਵੀਂ ਸਫਬੰਦੀਆਂ ਹੋ ਰਹੀਆਂ ਤੁਸੀਂ ਉਹ ਸਫਬੰਦੀਆਂ ਜਿਹੜੀਆਂ ਉਹ ਦੂਰੂ ਦੂਰੂ ਦੇਖਦੇ ਹੋ ਪਏ ਜਾਂ ਬਾਕਾਇਦਾ ਦੇਖਣ ਲੱਗੇ ਹੋ ਈਰਾਨ ਪਾਕਿਸਤਾਨ ਰੂਸ ਚੀਨ ਪਾਕਿਸਤਾਨ ਔਰ ਨਾਲ ਤੁਰਕੀ ਵੀ ਮੌਜੂਦ ਹੈ ਉਧਰ ਤੁਸੀਂ ਦੇਖਦੇ ਹੋ ਪਏ ਇੰਡੀਆ ਅਮਰੀਕਾ ਇਸਰਾਈਲ ਉਹ ਇਹ ਸਾਰੇ ਲੋਕ ਕਿਉਂਕਿ ਇਸ ਦੁਨੀਆ ਆਖਦੀ ਹੈ ਪਈ ਕਿ ਮਗਰਬ ਦਾ ਜਿੰਨਾ ਇਕਤਸਾਦੀ ਗੁਬਾਰਾ ਸੀ ਉਹ ਜਿੰਨਾ ਫੈਲਣਾ ਸੀ ਉਹ ਫੈਲ ਗਿਆ ਹੁਣ ਸਾਰੇ ਜਿਹੜੀ ਆਪਸ਼ਨ ਸਾਰੀਆਂ ਅਪਰਚੂਨਿਟੀਆਂ ਜਿਹੜੀਆਂ ਉਹ ਸਾਰੀਆਂ ਏਸ਼ੀਆ ਦੀ ਤਰਫ ਆ ਰਹੀਆਂ ਦੁਨੀਆ ਬੈਟਰੀ ਦੀ ਤਰਫ ਜਾ ਰਹੀ ਹੈ ਬੈਟਰੀ ਜਿਹੜੀ ਹੈ ਉਹਦੇ ਵਿੱਚ ਮਥੀਨ ਲੱਗਦੀ ਹੈ ਮਥੀਨ ਜਿਹੜੀ ਅਫਗਾਨਿਸਤਾਨ ਦੇ ਥੱਲੇ ਹੈ ਔਰ ਇਹ ਪਾਕਿਸਤਾਨ ਦੀ ਇਹ ਸਾਰੀ ਸੂਰਤ ਚੱਲ ਰਹੀ ਹੈ ਕੀ ਅਮਰੀਕਾ ਇਸਰਾਈਲ ਔਰ ਇੰਡੀਆ ਔਰ ਜਿਹੜਾ ਅਸੀਂ ਇਦਾਦੇ ਸਲਾਸਾ ਕਹਿੰਨੇ ਆ ਰਾ ਮੋਸਾਦ ਤੇ ਸੀਆਈਏ ਇਹ ਰਲ ਕੇ ਕੋਈ ਵਾਕਿਆ ਤਾਂ ਨਹੀਂ ਇੱਥੇ ਕੋਈ ਨਵੀਂ ਲੜਾਈ ਕਿਉਂਕਿ ਸੀਪੈਕ ਰੁਕਾ ਉਹ ਤਾਂ ਨਹੀਂ ਹੋਣ ਲੱਗੀ ਦੇਖੋ ਬਾਬਾ ਜੀ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਜੋ ਜੋ ਜਿਹੜੀ ਗੱਲ ਤੁਸੀਂ ਪਹਿਲੇ ਕੀਤੀ ਹੈ ਕਿ ਅਫਗਾਨਿਸਤਾਨ ਬਹਾਨਾ ਹੈ ਔਰ ਪਾਕਿਸਤਾਨ ਨਿਸ਼ਾਨਾ ਹੈ ਕਿ ਅਫਗਾਨਿਸਤਾਨ ਵਿੱਚ ਤਮਾਮ ਸੁਪਰ ਤਾਕਤਾਂ ਦੀ ਫੌਜ ਮੌਜੂਦ ਸੀ ਨਾਟੋ ਮਜੂਸ ਹਨ ਔਰ ਉਹ ਉਥੇ 10 ਸਾਲ ਗੁਜ਼ਾਰ ਕੇ ਵੀ 20 ਸਾਲ ਹੋ ਗਏ 20 ਸਾਲ ਗੁਜ਼ਾਰ ਕੇ ਵੀ ਅਫਗਾਨਿਸਤਾਨ ਤੇ ਆਪਣਾ ਕੰਟਰੋਲ ਕੈਂਪ ਨਹੀਂ ਕਰ ਸਕੇ ਇਹ ਇੱਕ ਜੀਵ ਗਰੀਬ ਤਾਰੀਖ ਦਾ ਸਬਕ ਹੈ ਕਿ ਕੋਈ ਬੰਦਾ ਆਪਣੀ ਸ਼ਿਕਸਤ ਹਕੀਕੀ ਮੈਨੇ ਤਸلیم ਨਹੀਂ ਕਰਦਾ ਉਹ ਆਪਣੀ ਸ਼ਿਕਸਤ ਦੇ ਜ਼ਿੰਮੇਦਾਰ ਤਲਾਸ਼ ਕਰਦੇ ਨੇ ਤਾਂ ਕਿ ਉਹ ਸਾਰਾ ਬੋਝ ਕਿਸੇ ਦੇ ਪਾਸ ਉਹਦੇ ਕੰਧਾਂ ਤੇ ਪਾਇਆ ਜਾਏ ਇਹਨਾਂ ਸਾਰੇ ਮੁਲਕਾਂ ਮਿਲ ਕੇ ਉਹ ਸਾਰਾ ਬੋਝ ਜਿਹੜਾ ਹੈ ਪਾਕਿਸਤਾਨ ਦੀ ਫੌਜ ਔਰ ਆਈਐਸਏ ਦੇ ਕੰਦੇ ਤੇ ਪਾਇਤਾ ਹੈ ਕਿ ਇਹ ਦੋ ਫੋਰਸਸ ਨੇ ਜਿਨ੍ਹਾਂ ਨੇ ਸਾਨੂੰ 20 ਸਾਲ ਅਫਗਾਨਿਸਤਾਨ ਚ ਕੰਮ ਕਾਮਯਾਬ ਨਹੀਂ ਹੋਣ ਦਿੱਤਾ ਜੀ ਐਸਾਸੇ ਇਹ ਚੀਜ਼ ਹਾਲਾਂਕਿ ਅਮਰੀਕਾ ਨੂੰ ਪਤਾ ਹੀ ਹੋਏਗਾ ਕਿ ਭਾਈ ਉੱਥੇ ਅੱਜ ਵੀ ਅਫغان ਖੁਦ ਲੜਦਾ ਪਿਆ ਕੱਲ ਵੀ ਖੁਦ ਲੜਦਾ ਸੀ ਪਿਆ ਠੀਕ ਹੈ ਔਰ ਹੋਣ ਤੋਂ ਨਹੀਂ ਕੋਈ 100 ਸਾਲ ਤੋਂ ਲੜਦਾ ਪਿਆ ਬੇਸਿਕਲੀ ਅਫਗਾਨਿਸਤਾਨ ਦੀ ਜ਼ਮਾਨੇ ਦਾ ਲੜਦਾ ਪਿਆ ਅਫਗਾਨਿਸਤਾਨ ਦੀ ਇਕਨੋਮੀ ਹੀ ਜੰਗ ਹੈ ਜੰਗ ਹੋਏ ਤਾਂ ਉਹਨਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਜੰਗ ਖਤਮ ਹੋ ਜਾ ਸਾਰਾ ਸਿਲਸਿਲਾ ਰੁਕ ਜਾਂਦੇ ਨੇ ਤੇ ਐਸ ਵਾਸਤੇ ਉਹ ਪਾਕਿਸਤਾਨ ਨੂੰ ਸਜ਼ਾ ਤੇ ਦੇਣਾ ਚਾਹੁੰਦੇ ਨੇ ਲੇਕਿਨ ਉਹ ਕੀ ਕਹਿੰਦੇ ਨੇ ਕਿ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਸਾਨੂੰ ਮਰਨ ਦਾ ਕੋਈ ਸਾਨੂੰ ਮਰਨ ਦਾ ਸ਼ੌਕ ਵੀ ਸੀ ਦੁਨੀਆ ਤੇ ਸਾਜ਼ਿਸ਼ਾਂ ਕਰਦੀ ਪਈ ਹੈ ਲੇਕਿਨ ਸਾਡੀਆਂ ਆਪਣੀਆਂ ਰਖਤਾ ਵੀ ਕੋਈ ਪੁੱਠੀਆਂ ਹੀ ਨੇ ਤੁਆ ਕਰੋ ਕਿ ਅੱਲਾਹ ਤਾਲਾ ਇਹਨਾਂ ਪੁੱਠੀਆਂ ਰਖਤਾ ਦੇ ਬਾਵਜੂਦ ਇਸ ਮਮਰਕਤ ਨੂੰ ਸਲਾਮਤ ਰੱਖੇ 24 ਕਰੋੜ ਲੋਕ ਨੇ ਜਿਨ੍ਹਾਂ ਦੀ ਉਮੀਦਾਂ ਦਾ ਮਰਕਜ਼ ਹੈ ਪੂਰੀ ਦੁਨੀਆ ਦੇ ਲੋਕ ਸਮਝਦੇ ਨੇ ਕਿ ਪਾਕਿਸਤਾਨ ਹੈ ਤੇ ਸਾਡੀ ਵੀ ਆਵਾਜ਼ ਬਣਨਦ ਹੋਏਗੀ ਆਖਰ ਤੇ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨਾ ਚਾਹਨਾ ਉਹ ਹੈ ਇਹ ਡਾਲਰ ਤੇਲ ਬਿਜਲੀ ਗੈਸ ਇੱਕ ਹੀ ਇੱਕ ਕਿਸ ਨਾਲ ਰੁਕੇਗੀ ਜੀ ਕੀ ਕੋਈ ਸਿਸਟਮ ਹੈ ਕੋ ਮੈਕੈਨਿਜ਼ਮ ਹੈ ਨਾ ਕੋਲ ਜਾਂ ਬਸ ਅਸੀਂ ਜੋ ਵਾਅਦਾ ਕਰ ਦਿੱਤਾ ਆਏਗਾ ਮੈਂ ਆਪਣੇ ਨਾਲ ਤੇ ਅਸੀਂ ਫਿਰ ਦੇਈ ਜਾਵਾਂਗੇ ਦੇਖੇ ਬਾਬਾ ਜੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਲੀਡਰ ਅਚ ਆਮ ਆਦਮੀ ਚ ਫਰਕ ਕੀ ਹੁੰਦਾ ਐ ਆ ਆਮ ਬੰਦੇ ਨੂੰ ਸਮਝ ਨਾ ਪਏਗਾ ਕਿ ਬਦਕਿਸਮਤੀ ਦੀ ਗੱਲ ਹੈ ਕਿ 1985 ਤੋਂ ਬਾਅਦ ਪਾਕਿਸਤਾਨੇ ਚ ਲੀਡਰਸ਼ਿਪ ਦਾ ਮਿਆਰ ਕਾਫੀ ਹੱਦ ਤੱਕ ਤਬਦੀਲ ਹੋ ਗਿਆ ਸਮਝਿਆ ਗਿਆ ਕਿ ਜਿਹਦੇ ਅੱਛੇ ਸ਼ਕਲੋ ਸੂਰਤ ਹੈ ਉਹ ਬੰਦਾ ਲੀਡਰ ਹੋਣਾ ਚਾਹੀਦਾ ਹੈ ਜਿਹਦੇ ਥੱਲੇ ਲੈਂਡ ਕਰੂਜ਼ਰ ਹੈ ਉਹ ਉਹ ਲੀਡਰ ਹੋਣਾ ਚਾਹੀਦਾ ਹੈ ਜਿਹਦੇ ਕੋਲ ਬੈਂਕ ਬੈਲੈਂਸ ਹੈ ਉਹ ਲੀਡਰ ਹੋਣਾ ਚਾਹੀਦਾ ਉਸ ਤੋਂ 80 ਤੋਂ ਪਹਿਲੇ ਗਲੀ ਮੁਹੱਲੇ ਦੇ ਵਿੱਚ ਵੀ ਜਿਹੜਾ ਲੀਡਰ ਹੋ ਹੁੰਦਾ ਸੀ ਜਿਹੜਾ ਫੈਸਲੇ ਕਰਦਾ ਹੈ ਕੌਮਾਂ ਦੇ ਇਲਾਕਿਆਂ ਦੇ ਉਹ ਦਾਨਸ਼ ਦੀ ਬੁਨਿਆਦ ਤੇ ਹੁੰਦਾ ਸੀ ਕਿ ਲੱਭਿਆ ਜਾਂਦਾ ਸੀ ਕਿਸ ਕਬੀਲੇ ਦਾ ਕਿਹੜਾ ਬੰਦਾ ਹੈ ਦਾਨਾ ਪਰਦਾਨਾ ਦਾਨਾ ਪਰਦਾਨਾ ਜਿਹੜਾ ਜਿਹਨੂੰ ਆ ਕੰਮ ਦਿੱਤਾ ਜਾਏ ਉਹ ਕਿਉਂ ਲੱਭਿਆ ਜਾਂਦਾ ਸੀ ਇਸ ਵਾਸਤੇ ਕਿ ਜਦੋਂ ਕਿਤੇ ਗੱਲਬਾਤ ਹੁੰਦੀ ਹੋਏ ਤੇ ਅੱਲਾਹ ਤਾਲਾ ਨੇ ਜਿਹੜੀ ਉਹਨੂੰ ਦਾਨਾਈ ਦਿੱਤੀ ਏ ਉਹਦੀ ਬੁਨਿਆਦ ਤੇ ਆਪਣੇ ਲੋਕਾਂ ਨੂੰ ਕਿਸੇ بڑے ਆਜ਼ਾਬ ਤੋਂ ਬਚਾ ਲੇ ਹੁਣ ਸਿਆਪਾ ਇਥੇ ਆ ਪੈ ਗਿਆ ਕਿ ਗੱਲ ਕਰੋ ਤੇ ਕਿਹਾ ਜਾਂਦਾ ਕਿ ਦੇਖੋ ਜੀ ਉਹ ਤੇ ਇਸਹਾਕ ਧਰ ਨੇ ਮਸਲੂਈ ਤੌਰ ਤੇ ਮਹंगाई ਰੋਕੀ ਸੀ ਉਹ ਬਾਈ ਤੁਸੀਂ ਵੀ ਮਸਲੂਈ ਤੌਰ ਤੇ ਰੋਕ ਦਿਓ ਚਲੋ ਐਂਜੀ ਕਰ ਲਓ ਮੇਰੇ ਘਰ ਤੇ ਚੁੱਲਾ ਜਲਣ ਦਿਓ ਜਿਨ੍ਹਾਂ ਘਰ ਚੁੱਲ੍ਹੇ ਬੋਈਂਦੇ ਨੇ ਬੇ ਉਹਨਾਂ ਨੂੰ ਤਾਂ ਜਲਣ ਦਿਓ ਠੀਕ ਐ ਫਿਰ ਇਹ ਕਹਿੰਦੇ ਕਿ ਇਹ ਤਾਂ ਪੂਰੀ ਦੁਨੀਆ ਮਹਿੰਗਾਈ ਹੈ ਮੇਰਾ ਦੋਸਤ ਅਮਰੀਕਾ ਵਿੱਚ ਉਹਦੀ ਦੁਕਾਨ ਹੈ ਉਹਨੂੰ ਹਫਤੇ ਤਵਾਰ ਨੂੰ ਕੰਮ ਕਰਨਾ ਪੈਂਦਾ ਵਾ ਮੈਂ ਕੀ ਹੋਇਆ ਯਾਰ ਉਹਨੇ ਕਿਹਾ ਬਾਦ ਸਾਹਿਬ ਜਿਹੜਾ ਮਜ਼ਦੂਰ ਸੀ ਨਾ ਜਿਉਂ ਦਾ ਕਰੋਨਾ ਆਇਆ ਗਵਰਨਮੈਂਟ ਨੂੰ ਨੁਕਾਰ ਬੈਠੇ ਨੂੰ ਉਹਨੀ ਤਨਖਾਹ ਦੇਈ ਜਾ ਰਹੀ ਹੈ ਜਿਹੜੀ ਉਹ ਬਾਹਰ ਆ ਕੇ ਤਨਖਾਹ ਲੈਂਦਾ ਸੀ ਤੇ ਐਸਾ ਸਸੇ ਕੰਮ ਕਰਨ ਵਾਲਾ ਬੰਦਾ ਮਿਲ ਕੋ ਨਹੀਂ ਪਿਲਦਾ ਐਸਾ ਸੇਬ ਨਵਾਬ ਕਰਨਾ ਪੈਂਦਾ ਕਾਬਾ ਇਹ ਤੁਸੀਂ ਬਾਹਰ ਵਾਲੀ ਤਰ੍ਹਾਂ ਦੇ ਰਹੇ ਕੱਲ ਇੱਕ ਬੜਾ ਅੱਛਾ ਲਤੀਫਾ ਉਹ ਤੇ ਚੱਲ ਰਿਹਾ ਸੀ ਵਾਇਰਲ ਹੋਇਆ ਸੀ ਵਾਇਰਲ ਹੋਇਆ ਸੀ ਕਿ ਇੱਕ ਬੰਦਾ ਗਿਆ ਪੈਂਚਰ ਲਵਾਉਣ ਵਾਸਤੇ ਤੇ ਉਹ ਜਿਹੜਾ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਔਰ ਸਾਰੀ ਕੈਬਨਿਟ ਕਹਿੰਦੀ ਹੈ ਕਿ ਦੇਖੇ ਅਮਰੀਕਾ ਮੇ ਇਹ ਰੇਟ ਹੈ ਬ੍ਰਿਟਾਨੀਆ ਮੇ ਤੇਲ ਕਾ ਇਹ ਰੇਟ ਹੈ ਉਧਰ ਇਹ ਰੇਟ ਹੈ ਉਹ ਨਹੀਂ ਦੱਸ ਦੱਸ ਦੇ ਕੇ ਸ਼ਾਮ ਨੂੰ ਜਿੱਡੇ ਉਹਨਾਂ ਤਰ੍ਹਾਂ ਮਿਲਦੀ ਏ ਉਹ ਕਿੰਨੀ ਏ ਇਹ ਨਹੀਂ ਦੱਸ ਦੇ ਅੱਛਾ ਤੇ ਉਹਨੇ ਕਿਹਾ ਉਹਨੇ ਕਿਹਾ ਜੀ ਪੈਂਚਰ ਲਾ ਕੇ ਉਹਨੇ ਕਹੀ ਭਾਈ ਸਾਹਿਬ 1500 ਰੁਪਇਆ ਦੇ ਦਿਓ ਉਹਨੇ ਕਿ ਯਾਰ 50 ਰੁਪਏ ਦਾ ਇੱਕ ਪੈਂਚਰ ਸੀ ਮੈਂ ਤੇਰੇ ਸਾਹਮਣੇ ਵੇਖਿਆ ਤੂੰ ਇੱਕ ਪੈਂਚਰ ਲਾ ਰਿਹਾ ਹੈ ਤੇ 1500 ਰੁਪਏ ਦਾ ਉਹਨੇ ਕਿ ਭਾਈ ਜੀ ਅਮਰੀਕਾ ਚ 10 ਡਾਲਰ ਲੈਂਦੇ ਨੇ ਇੱਥੇ ਐਸਾ ਸੇ ਹੁਣ ਤਾਂ ਮੈਂ ਉਸ ਹਿਸਾਬ ਨਾਲ ਹੀ ਜੇਕਰ ਬਿੱਲ ਉਸ ਹਿਸਾਬ ਨਾਲ ਦੇਣਾ ਹੈ ਪੈਟਰੋਲ ਉਸ ਹਿਸਾਬ ਨਾਲ ਖਰੀਦਦੇ ਖਰੀਦਣਾ ਹੈ ਸਬਜ਼ੀਆਂ ਉਸ ਹਿਸਾਬ ਨਾਲ ਖਰੀਦਣੀਆਂ ਨੇ ਤੇ ਫਿਰ ਮੈਂ ਪੈਂਚਰ ਦੇ ਪੈਸੇ ਵੀ ਉਨੇ ਹੀ ਲਵਾਂਗਾ ਖੁਦਾ ਦਾ ਖੌਫ ਕਰੋ ਖਾਨ ਸਾਹਿਬ ਆਪਣੀ ਟੀਮ ਨੂੰ ਸਮਝਾਓ ਮਹਿੰਗਾਈ ਤੇ ਕਰ ਰਹੇ ਹੋ ਜ਼ਖਮ ਤੇ ਦੇ ਰਹੇ ਹੋ ਨਮਕ ਤੇ ਨਾ ਛਿੜਕੋ ਲੋਕਾਂ ਦੇ ਸਾਹਮਣੇ ਸੱਚੀ ਸਹੂਲਤਿਆਰ ਰੱਖੋ ਕਿ ਭਾਈ ਸਾਡੇ ਸਿਰ ਤੇ ਪੈ ਗਈ ਸਾਡੀ ਤਿਆਰੀ ਨਹੀਂ ਸੀ ਅਸੀਂ ਤਿਆਰੀ ਤੋਂ ਬਗੈਰ ਤੁਹਾਡੇ ਸਿਰ ਤੇ ਬੈਠ ਗਏ ਆ ਤੇ ਹੁਣ ਭੁਗਤੋ ਹਾਂਜੀ ਬੜੀਆਂ ਗੱਲਾਂ ਸੋਹਣੀਆਂ ਹੋ ਗਈਆਂ ਤੇ ਆਖਿਰ ਵਿੱਚ ਮੈਂ ਵੀ ਇੱਕ ਲਤੀਫਾ ਸੁਣਾਵਾਂ ਜਨਾਬ ਨੂੰ ਨਾਈ ਕੋਲ ਗਏ ਤੇ ਉਹਨੇ ਆਖਿਆ ਜੀ ਇਹ ਕਿਤਰੇ ਦੀ ਸ਼ੇਵ ਹੈ ਉਸ ਆਖਿਆ ਜੀ ਇਹ 200 ਰੁਪਇਆ ਉਸ ਆਖਿਆ ਯਾਰ 100 ਦੀ ਤੇ ਜਲਦੀ ਸੀ 80 ਦੀ ਉਸ ਆਖਿਆ ਜੀ ਚੀਨੀ ਕਿੰਨੀ ਮਹਿੰਗੀ ਹੋ ਗਈ ਉਸ ਆਖਿਆ ਮੇਰੀ ਛੇਵ ਤੂੰ ਫਿੱਕੀ ਕਰ ਦੇ ਯਾਰ ਚੀਨੀ ਨਾ ਪਾ ਉਹਦੇ ਵਿੱਚ ਅੱਲਾ ਬੇਲੀ ਮੈਂ ਤੇ ਅਫਸਲ ਬੱਟ ਅੱਜ ਗੱਲਾਂ ਦਿਲ ਦੀਆਂ ਕੀਤੀਆਂ ਦੁੱਖ ਫਰੋਲੇ ਰੱਬ ਰੱਖਾ ਫੇਰ ਮਿਲਾਂਗੇ ਸੋਹਣੀਆਂ ਗੱਲਾਂ ਨਾਲ ਚੰਗੀਆਂ ਗੱਲਾਂ ਨਾਲ ਤੇ ਰੋਣ ਵਾਲੀਆਂ ਤੇ ਹੱਸਣ ਵਾਲੀਆਂ ਗੱਲਾਂ ਨਾਲ ਅੱਲਾ ਬੇਲੀ